ਭਾਈ ਐਨਾ ਗਲੀਆਂ ਦੇ ਫਿਰਦਿਆਂ ਫਿਰਦਿਆਂ ਨੇ ਮੇਰੀ ਉਮਰ ਲੰਘਦੀ ਪਈ ਠੀਕ ਹੈ ਕੰਮ ਕੋਈ ਹੈ ਕੋਈ ਸੀ ਬਾਹਰ ਕੋਈ ਖੜਦਾ ਕੋਈ ਨਹੀਂ ਸੀ ਇਹਨੇ ਪੈਸੇ ਕੋਈ ਨਹੀਂ ਸਨ ਫਿਰ ਇੱਕ ਐਸਾ ਜਿਹੜਾ ਕੰਮ ਇਹਨੂੰ ਮਿਲਿਆ ਨਾ ਉਹਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਲਈਏ ਕਿਹੜਾ ਖਜ਼ਾਨਾ ਤੁਹਾਡੇ ਹੱਥ ਲੱਗ ਗਿਆ ਕਿ ਤੁਹਾਡੀ ਜ਼ਿੰਦਗੀ ਜਿਹੜੀ ਉਹ ਗਲੀਆਂ ਚ ਫਿਰਦਿਆਂ ਫਿਰਦਿਆਂ ਬਦਲ ਗਈ ਬਸ ਭਾਈ ਤੁਹਾਨੂੰ ਕੀ ਦੱਸਾਂ ਬਸ ਇੱਕ ਐਸਾ ਕੰਮ ਇਹਨੂੰ ਮਿਲ ਗਿਆ ਇਨੇ ਮੇਰੀ ਤਰੀਆਂ ਦਿਨਾਂ ਦੇ ਤਰੀਆਂ ਦਿਨਾਂ ਦੇ ਵਿੱਚ ਮੇਰੀ ਜ਼ਿੰਦਗੀ ਬਦਲ ਕੇ ਰੱਖ ਛੀ ਉਹ ਸਰ ਲੋਕ ਤੇਰੀ 30 ਸਾਲ ਕੰਮ ਕਰਦੇ ਨੇ ਬੇਰੋਨے ਮੁਲਕ ਘਜ਼ਾਰਦੇ ਨੇ ਤਾਂ ਨਹੀਂ ਜ਼ਿੰਦਗੀ ਬਦਲਦੀ ਬੜੀ ਮੁਸ਼ਕਲ ਲੋਕ ਘਜ਼ਾਰਾ ਕਰਦੇ ਨੇ ਤੁਸੀਂ ਤਰੀਆਂ ਦਿਨਾਂ ਦੇ ਵਿੱਚ ਕੀ ਐਸਾ ਕਰ ਛੜਿਆ ਸੀ ਕਿ ਜਿਹੜੀ ਤੁਸੀਂ ਜ਼ਿੰਦਗੀ ਜਿਹੜੀ ਆ ਬਦਲ ਲਈ ਆ ਅਸਮ ਭਾਈ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਸੀ ਉਹਨੇ ਅਲਹਮਦੁਲਿਲਾ ਤਰੀਆਂ ਦਿਨਾਂ ਚੰਨਾ ਮੈਨੂੰ ਬਹੁਤ ਉਹਨੇ ਬਹੁਤ ਜ਼ਿਆਦਾ ਜਿਹੜੀ ਇਨਵੈਸਟਮੈਂਟ ਦੇ ਦਿੱਤੀ ਮੈਨੂੰ ਅੱਛਾ ਬਿਲਾਲ ਭਾਈ ਇਹ ਦੱਸੋ ਕਿ ਇਸ ਕੰਮ ਨੂੰ ਕਰਨੇ ਵਾਸਤੇ ਕਿਆ ਕੋਈ ਬੜੀ ਡਿਗਰੀ ਦੀ ਜ਼ਰੂਰਤ ਹੈ ਜਾਂ ਫਿਰ ਇਹਦੇ ਵਾਸਤੇ ਕੋਈ ਪੈਸਿਆਂ ਦੀ ਜ਼ਰੂਰਤ ਹੈ ਕਿਹੜਾ ਐਸਾ ਕੰਮ ਤੁਸੀਂ ਸ਼ੁਰੂ ਕਰਦੇ ਹੋ ਜਿਹੜਾ ਤੁਸੀਂ ਕਰਦੇ ਹੋ ਜਾਂ ਲੋਕ ਕਰ ਸਕਦੇ ਨੇ ਅਸਮ ਭਾਈ ਐਸ ਕੰਮ ਵਾਸਤੇ ਕਿਸੇ ਕਿਸਮ ਦੀ ਕੋ ਡਿਗਰੀ ਦੀ ਜ਼ਰੂਰਤ ਨਹੀਂ ਕਿਸੇ ਏਜ ਦੀ ਕੋਈ ਜ਼ਰੂਰਤ ਨਹੀਂ ਕੋਈ ਮੇਲ ਐ ਫੀਮੇਲ ਐ ਕਿਸੇ ਕਿਸਮ ਦੇ ਕੋਈ ਕੋਈ ਬੰਦਾ ਹੋਵੇ ਉਹ ਵੀ ਕਰ ਸਕਦਾ ਆਪਣੇ ਆਰਾਮ ਸਕੂਨ ਨਾਲ ਘਰ ਬੈਠ ਕਰ ਸਕਦਾ ਜਿਵੇਂ ਗਲੀ ਦੇ ਘੁੰਮਣ ਵਾਲਾ ਬੰਦਾ ਕੰਮ ਕਰ ਸਕਦਾ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ ਅੱਛਾ ਇਹ ਬਿਲਾਲ ਭਾਈ ਲੋਕ ਸੋਚਣਗੇ ਕਿ ਯਾਰ ਇਹ ਬੰਦਾ ਪਤਾ ਨਹੀਂ ਕਿਹੜੇ ਕਾਰੋਬਾਰ ਦੀ ਗੱਲ ਕਰਦਾ ਪਿਆ ਪਤਾ ਹੈ ਕਿ ਜਿਹੜਾ ਇਹਨੂੰ 30 ਦਿਨਾਂ ਦੇ ਵਿੱਚ ਐਡਾ ਐਡੀਆਂ ਗੱਲਾਂ ਲੱਗ ਪਏ ਕਰਨ ਹੁਣ ਇਹ ਦੱਸੋ ਕਿ ਇਸ ਬਿਜ਼ਨਸ ਨੂੰ ਕਰਨੇ ਵਾਸਤੇ ਕੀ ਤਰੀਕਾ ਘਾਰ ਹੈ ਕੋਈ ਆਨਲਾਈਨ ਬਿਜ਼ਨਸ ਹੈ ਕੋ ਘਰ ਬੈਠੇ ਰਿਆ ਕੀਤਾ ਜਾ ਸਕਦਾ ਕੋ ਮੋਬਾਈਲ ਤੇ ਕੀਤਾ ਜੇ ਕੋ ਕੰਪਿਊਟਰ ਤੇ ਕੀਤਾ ਜੇ ਤੇ ਦੱਸੋ ਹੁਣ ਅਸਮ ਭਾਈ ਇਸ ਕਾਰਬਨ ਨੂੰ ਕਰਨ ਵਾਸਤੇ ਨਾ ਸਿਰਫ ਤੁਹਾਨੂੰ 10 ਤੋਂ 15 ਮਿੰਟ ਸਵੇਰ ਚਾਹੀਦੇ ਨੇ 10 ਤੋਂ 15 ਮਿੰਟ ਸਿਰਫ ਸ਼ਾਮ ਨੂੰ ਚਾਹੀਦੇ ਨੇ ਆਪਣੇ ਘਰ ਬੈ ਕੇ इजीली ਤੁਸੀਂ ਕਰ ਸਕਦੇ ਹੋ ਯਾਨੀ ਸਿਰਫ 10 ਤੋਂ 15 ਮਿੰਟ ਬੈਠ ਕੇ ਸੋਚਣਾ ਹੈ ਕਿ ਪੈਸਾ ਆਏਗਾ ਕਿਥੋਂ ਅਸਮ ਭਾਈ ਤੁਸੀਂ ਸਾਡੇ ਨਾਲ ਮਿਲੋ ਸਾਡੇ ਨਾਲ رابطہ ਕਰੋ ਤੁਹਾਨੂੰ ਦੱਸਾਂਗੇ ਕੀ ਕਰਨਾ ਹੈਵੇਂ ਕਿਸ ਤਰ੍ਹਾਂ ਕਰਨਾ ਹੈ ਅੱਛਾ ਘਾਟ ਤੂੰ ਘਾਟ ਬੰਦਾ ਕਿੰਨੇ ਪੈਸੇ ਕਮਾ ਸਕਦਾ ਘਾਟ ਤੂੰ ਘਾਟ ਅਸਮ ਭਾਈ ਜੇਕਰ ਕੋਈ 30 ਹਜ਼ਾਰ ਲਾਂਦਾ ਹੈ ਨਾ ਉਹ 30 ਹਜ਼ਾਰ ਨਾ 30 ਹਜ਼ਾਰ ਵੀ ਕਮਾ ਸਕਦਾ ਹੈ ਜੇਕਰ ਕੋਈ 50 ਲਾਂਦਾ 50 ਹਜ਼ਾਰ 50 ਵੀ ਕਮਾ ਸਕਦਾ ਹੈ ਸਰ ਇਹਦੇ ਡਬਲ ਛਾ ਵਾਲਾ ਕੰਮ ਹੋ ਗਿਆ ਲੋਕ ਕਰਨ ਕਹਿਣਗੇ ਕਿ ਯਾਰ ਇਹ ਕਿਸ ਤਰ੍ਹਾਂ ਹੁੰਦਾ ਹੈ 30 ਹਜ਼ਾਰ ਲਾ ਕੇ ਤੇ 30 ਹਜ਼ਾਰ ਨਾਲ ਕਮਾਓ ਕਿਆਸੀ ਚੀਜ਼ ਦੇਵਾਂਗੇ ਜਿਹੜੀ ਤੁਸੀਂ 30 ਦਿਨ ਆਪਣੇ ਕੋਲ ਰੱਖਣੀ ਹੈ 30 ਦਿਨ ਬਾਅਦ ਸਾਨੂੰ ਵਾਪਸ ਲਿਆ ਕੇ ਦੇਣੀ ਹੈ ਤੁਸੀਂ ਆਪਣੀ ਪ੍ਰਾਫਿਟ ਦੇ ਉੱਤੇ ਲੈ ਕੇ ਟੋੜ ਜਾਣੀ ਠੀਕ ਹੈ ਸਰ ਪ੍ਰਾਫਿਟ ਕੀ ਦੇਵੋਗੇ ਤੁਸੀਂ 3000 ਰੁਪਏ ਜੇ ਕੋ ਬੰਦਾ ਤੁਹਾਡੇ ਕੋਲ ਲੈ ਕੇ ਆਂਦਾ ਤੇ ਉਹੀ 3000 ਰੁਪਏ ਨੂੰ ਮਹੀਨੇ ਬਾਅਦ ਦੇਹੜੋਗੇ ਅੱਛਾ ਅਸਮ ਭਾਈ ਉਹਨੂੰ 3 ਨਹੀਂ ਦੇਣਾ ਜਿਹਦਾ 3 ਉਹਨੇ ਪਹਿਲੇ ਲਾਇਆ ਸੀ ਤਰੀਜ਼ ਨਾਲ ਤਰੀ ਮਜ਼ੀਦ ਲੱਗ ਦੇਾਂਗੇ ਉਹਨੂੰ 60 ਵਾਪਸ ਦੇਵਾਂਗੇ ਯਾਨੀ 60000 ਜਿਹੜਾ ਉਹਨੂੰ ਤਰੀ ਉਹਦਾ ਡਬਲ ਹੋ ਗਿਆ ਡਬਲ ਦੇਾਂਗੇ ਕਿਉਂਕਿ ਜਿਹੜਾ ਨੇ 15 20 ਮਿੰਟ ਕੰਮ ਕੀਤਾ ਸਵੇਰ 15 20 ਮਿੰਟ ਸ਼ਾਮ ਨੂੰ ਕੀਤਾ ਉਹਦੀ ਜਿਹੜਾ ਸਿਲਾ ਜਿਹੜਾ ਨੂੰ ਤਰੀ ਦਿਨਾਂ ਬਾਅਦ ਮਿਲੇਗਾ ਸਰ ਇੱਕ ਕੰਮ ਕਾਦਾ ਹੈ ਇਹ ਕੋਈ ਲਿਖਣ ਦਾ ਕੰਮ ਹੈ ਕੋਈ ਲੈਪਟਾਪ ਤੇ ਕੀਤਾ ਜਾਂਦਾ ਹੈ ਜਾਂ ਫਿਰ ਕਿਸ ਤਰ੍ਹਾਂ ਕੀਤਾ ਜਾਂਦਾ ਥੋੜਾ ਜਿਹਾ ਨਾਜ਼ਰੀ ਨੂੰ ਗਾਈਡ ਕਰੋ 3 ਮਿੰਟ ਕਿਹਾ ਕੋਈ ਵਜ਼ਨ ਉਠਾਣਾ ਹੈ ਜਾਂ ਫਿਰ ਕਿਤੇ ਕਿਸ ਮਿਲ ਚ ਕੰਮ ਕਰਨਾ ਕਿਸ ਫੈਕਟਰੀ ਚ ਕੰਮ ਕਰਨਾ ਕਿਸ ਤਰ੍ਹਾਂ ਦਾ ਕੰਮ ਜੇ ਤੀਸ ਹੈ صبح ਸ਼ਾਮ ਜਿਹੜਾ ਨਾ 15 ਮਿੰਟ ਜਿਹੜੇ ਤੁਸੀਂ ਲਾਣੇ ਹਨ ਉਹ ਤੁਸੀਂ ਅੱਖਾਂ ਨਾਲ ਦੇਖਣਾ ਹੈ ਤੇ ਹੱਥਾਂ ਨਾਲ ਥੋੜਾ ਹਰਾ ਕੰਮ ਕਰਨਾ ਹੈ ਸਰ ਐਡਾ ਵੀਡੀਓ ਦੇ ਵਿੱਚ ਤੁਸੀਂ ਸਸਪੈਂਸ ਪੈਦਾ ਕਰ ਛੜਿਆ ਉਹ ਲੋਕਾਂ ਨੂੰ ਇਹ ਵੀ ਦੱਸ ਛੜੋ ਕਿ ਇਹ ਅੱਖਾਂ ਨਾਲ ਦੇਖਣ ਵਾਲੀ ਚੀਜ਼ ਕੀ ਦੇਖਣੀ ਹੈ ਕਰਨ ਵਾਲਾ ਕੰਮ ਕਿਹੜਾ ਕਰਨਾ ਹੈ ਅਸਮ ਭਾਈ ਅਸੀਂ ਕਸਟਮਰ ਨੂੰ ਚੂਜ਼ੇ ਦੇਵਾਂਗੇ ਜਿਹੜੇ ਤਰੀ ਦਿਨ ਉਹਨਾਂ ਆਪਣੇ ਕੋਲ ਪਾਲਣੇ ਰੱਖਣੇ ਨੇ ਸਵੇਰ ਸ਼ਾਮ ਨੂੰ ਦਾਣਾ ਤੇ ਪਾਣੀ ਦੇ ਦੇਣਾ ਠੀਕ ਹੈ ਸਿਰਫ ਇਹੀ ਕੰਮ ਹੈ 15 ਮਿੰਟ ਸਵੇਰ ਦਾ 15 ਮਿੰਟ ਸ਼ਾਮ ਦਾ ਸਰ ਲੋਕ ਮੰਨਣ ਨੂੰ ਤਿਆਰ ਨਹੀਂ ਕਿ 15-15 ਮਿੰਟ ਲਾ ਕੇ ਤੇ ਬੰਦਾ ਪੈਸੇ ਡਬਲ ਕਰ ਸਕਦਾ ਹੈ। ਕਿ ਆ 3000 ਤੱਕ ਹੀ ਲਿਮਟ ਰੱਖੀ ਦੀ ਹੈ ਕਿ ਅੱਗੇ ਨਹੀਂ ਜਾ ਸਕਦਾ। ਨਹੀਂ ਕਸਟਮਰ ਦੀ ਆਪਣੀ ਮਰਜ਼ੀ ਹੈ ਕੋਈ 1 ਲੱਖ ਰੁਪਏ ਇਨਵੈਸਟ ਕਰਨਾ ਚਾਹੇ ਤੇ ਕਰ ਸਕਦਾ ਹੈ। ਠੀਕ ਹੈ। ਲੇਕਿਨ ਅਸੀਂ ਕਹਿੰਨੇ ਕੋ ਗਾਹਕ ਜਿਹੜਾ ਨਾ ਕਮ ਪਹਿਲੀ ਦਫਾ ਕਮ ਸੇ ਕਮ ਜਿਹੜਾ ਨਾ ਰਕਮ ਇਨਵੈਸਟ ਕਰੇ। ਅੱਛਾ ਤੁਸੀਂ ਇਹ ਮੈਨੂੰ ਦੱਸੋ ਕਿ ਲੋਕ ਤੁਹਾਡੇ ਕੋ ਕਿਸ ਤਰ੍ਹਾਂ ਯਕੀਨ ਕਰਨ। ਤੁਸੀਂ ਲੋਕਾਂ ਨੂੰ ਪੈਸੇ ਲਾਗੇ ਤੇ ਤੁਸੀਂ ਨਾ ਸਕੇ। ਲੋਕ ਅਭੀ ਸੋਚਦੇ ਨੇ ਠੀਕ ਹੈ। ਲੋਕ ਕਿਸ ਤਰ੍ਹਾਂ ਤੁਹਾਡੇ ਕੋਲ ਯਕੀਨ ਕਰਨ ਕੀ ਸਬੂਤ ਦਿਓਗੇ ਲੋਗਾਂ ਨੂੰ ਤੁਸੀਂ ਅਸਮ ਭਾਈ ਲੋਕ ਸਾਡੇ ਕੋਲ ਹਾਂ ਚੱਲ ਕੇ ਠੀਕ ਹੈ ਆ ਕੇ ਪਹਿਲੇ ਤਸਲੀ ਕਰਨ ਅਸੀਂ ਉਹਨੂੰ ਰੱਖਾਂਦਾ ਤੇ ਇੱਕ ਆਨੂੰ ਦਾਣਾ ਪਾਣੀ ਪਾਉਣ ਦਾ ਸਾਰਾ ਕੁਝ ਤਰੀਕਾਕਾਰ ਸਿਖਾਵਾਂਗੇ ਉਹਨੂੰ ਠੀਕ ਹੈ ਪਹਿਲੇ ਆਪਣੀ ਤਸਲੀ ਕਰੇ ਫਿਰ ਸਾਡੇ ਕੋਲ ਲੈ ਕੇ ਜਾਏ ਨਹੀਂ ਤਸਲੀ ਕਰਕੇ ਤੋਂ ਲੈ ਗਿਆ ਜੀ ਪੈਸਿਆਂ ਦੀ ਕੀ ਉਹਨੂੰ ਗਾਰੰਟੀ ਦਿਓਗੇ ਕਿ ਪੈਸੇ ਡਬਲ ਹੋ ਕੇ ਵਾਪਸ ਮਿਲਣਗੇ ਪੈਸੇ ਇਨਸ਼ਾਅੱਲਾ ਉਹਨਾਂ ਸਟਾਮਪ ਪੇਪਰ ਕਰਾਂਗੇ ਗਾਰੰਟੀ ਕਾਰਡ ਦੀ ਕਰਾਂਗੇ ਠੀਕ ਹੈ ਬਕਾਇਦਾ ਉਹਦੇ ਕੋਈ ਪ੍ਰੂਫ ਹੋਏਗਾ ਸਾਡੇ ਕੋਲ ਹੋਏਗਾ ਕਸਟਮਰ ਲੈ ਕੇ ਗਿਆ ਤੇ ਵਾਪਸੀ ਇਹਨੇ ਆਉਣਾ ਸਾਡੇ ਕੋ ਹਾਂ ਤਰ੍ਹਾਂ ਦੀ ਤਸਲੀਮ ਨੂੰ ਧਿਆਨ ਜੂਸੇ ਲੈ ਜੰਨੇ ਨੇ ਵਾਪਸ ਲੈ ਕੇ ਆਏਗਾ ਤੇ ਫਿਰ ਮਰੇ ਦਾ ਲੈ ਕੇ ਆਏ ਫਿਰ ਵੀ ਚੱਲ ਜਾਏਗਾ ਜਾਂ ਜਿਸ ਤਰ੍ਹਾਂ ਲੈ ਗਿਆ ਸੀ ਉਸ ਤਰ੍ਹਾਂ ਹੀ ਵਾਪਸ ਆਨ ਤੇ ਫਿਰ ਚਲੇਗਾ ਅਸਮ ਭਾਈ ਜਿਸ ਤਰ੍ਹਾਂ ਉਹ ਲੈ ਗਿਆ ਸੀ ਨਾ ਜਿਸ ਤਰ੍ਹਾਂ ਉਹ ਲੈ ਗਿਆ ਸੀ ਉਸੇ ਤਰ੍ਹਾਂ ਹੀ ਵਾਪਸ ਲੈ ਕੇ ਆਏਗਾ ਠੀਕ ਹੈ ਤੇ ਉਹਨੂੰ ਉਹਦੀ ਰਕਮ ਮਿਲ ਜਾਏਗੀ ਕਿ ਨਹੀਂ ਜਿਹੜਾ ਮੋਰਟੈਲਿਟੀ ਆ ਉਹਦੀ ਗਾਰੰਟੀ ਕੋਈ ਨਹੀਂ ਮੋਰਟੈਲਿਟੀ ਦੀ ਗਾਰੰਟੀ ਕੋਈ ਨਹੀਂ ਅੱਲਾਹ ਨਾ ਕਰੇਗਾ ਕੋਈ ਮੋਰਟੈਲਿਟੀ ਹੋ ਜਾਂਦੀ ਅਸੀਂ ਪੂਰਾ ਇਲਾਜ ਕਰਾਂਗੇ ਦੇ ਨਾਲ ਇਹ ਤਾਵਨ ਕੀਤਾ ਜਾ ਸਕਦਾ ਲੇਕਿਨ ਪੈਸੇ ਡਬਲ ਨਹੀਂ ਹੋਣਗੇ ਪੈਸੇ ਜਿਹੜੇ ਚੂਜ਼ਾ ਲੈ ਕੇ ਆਏਗਾ ਉਹਦੇ ਪੈਸੇ ਮਿਲਣਗੇ ਜੇਕਰ ਕੋਈ ਮਰ ਜਾਂਦਾ ਨਾ ਅਸੀਂ ਉਹਦੇ ਨਾਲ ਫੇਰ ਵੀ ਦੁਬਾਰਾ ਨੂੰ ਚੂਜ਼ੇ ਦੇਾਂਗੇ ਓਕੇ ਇਹ ਬਿਜ਼ਨਸ ਸਿੱਖਣ ਵਾਸਤੇ ਬਿਜ਼ਨਸ ਤੁਹਾਡੇ ਕੋ ਕਰਨ ਵਾਸਤੇ ਤੁਹਾਡੇ ਨਾਲ ਕਿਵੇਂ ਰਾਬਤਾ ਕੀਤਾ ਜਾਏ ਔਰ ਕਿੱਥੇ ਆਣਾ ਪਏਗਾ ਅਸਮ ਭਾਈ ਅਗਰ ਕੋਈ ਵੀ ਕਸਟਮਰ ਆਉਂਦਾ ਨਾ ਸਾਡੇ ਨਾਲ ਫੋਨ ਤੇ ਰਾਬਤਾ ਕਰ ਲੇ ਨੰਬਰ ਸਾਡਾ ਚੱਲਦਾ ਹੋਏਗਾ ਠੀਕ ਹੈ ਸਾਡੀ ਲੋਕੇਸ਼ਨ ਜੰਮੂ ਰੋਡ ਡਾਲਵਲੀ ਹੈ ਪਠਾਚੋਵਾਂਗੇ ਇਹ ਵੀ ਫੈਂਸੀ ਫਾਰਮ ਦੇ ਨਾਮ ਸਾਡਾ ਫਾਰਮ ਹੈ ਇਹਨੇ 5 ਸਾਲ ਤੋਂ ਅਸੀਂ ਕਾਰੋਬਾਰ ਕਰਨ ਦੇ ਆ ਲੋਕ ਸਾਡੇ ਕੋ ਆ ਰਹੇ ਨੇ ਚੂਦੇ ਲੈ ਕੇ ਆ ਰਹੇ ਨੇ ਵਾਪਸ ਲੈ ਕੇ ਆ ਰਹੇ ਸਾਡਾ ਨਾ ਕੰਮ ਕਰ ਰਹੇ ਨੇ